प्रॉपर्टी गुरु प्रोग्राम थोड़ा सब का स्वागत है। अज असी थानू लेके चल रहे हैं एकमकार आर्किटेक्ट्स से जिन्हों का हैड ऑफिस है नियर पेट्रोल पंप कोटकपुरा रोड बागा पुराना मोगा विखे और इन्हों का ब्रांच ऑफिस ऑपोजिट SBI बैंक निहाल सिंह वाला डिस्ट्रिक्ट मोगा विखे है। सारी टीम ने एकमकार आर्किटेक्ट के MT गुरशरण सिंह बराड़ जी नाल गलबात की। एकमकार आर्किटेक्ट्स इन्हों की स्पेशलिटी नक्शे बनाना ते उन्होंने ऑनलाइन पास करवाना, फ्रंट व्यू तैयार किया जाता है, एस्टीमेट दिता जाता है और इत्थे नक्शे वास्तु शास्त्र दे राही बनाए जाते हैं। आओ करते हैं गलबात गुरशरण सिंह बराड़ जी दे नाल। तुहाडा स्वागत है। अज असीं तुहानूं मिलाउण जा रहे हैं एक ऐसे आर्किटेक्ट दे नाल जिन्हें पिछले लंबे समय तो अपनी सेवावां जिहड़ियां बागा पुराणा विखे शुरू कीतियां होईयां ने। साडी मुराद है एकमकार आर्किटेक्ट दे MD दे नाल। ब्रदर तुहाडा स्वागत है साडे स्पैशल शो 'च। सति श्री अकाल जी सारिआं नूं। बेटा आर्किटेक्ट एक ऐसा नाम जिहड़ा थोड़े जिहे अक्षरां दा पर जो आर्किटेक्ट काम करदे ने जिस तरीके दे नाल अज लोगां नूं थोड़ी जी जगह दे विच ही ज्यादा जगह वरतन लई दे दिंदे ने, की कहना चाहोगे किवें ये पॉसिबिलिटी हुंदी है? हाँ जी सर, उहदे विच ही हुंदा वा वी आपां नूं कस्टमर दीआं फॉर्मैलिटीआं जिन्नीआं वी हुंदीआं उह सारीआं आपां प्लाट दे अकॉर्डिंग एडजस्टमेंट करनी हुंदी आ। उहदे विच सारा कुछ उहनां नूं छोटी जगह दे विच सारी सैटिंग करके देनी हुंदी है जी। ਉਹਦੇ ਵਿੱਚ ਜਿਵੇਂ ਕੋਈ ਵੀ ਹੁੰਦੀ ਆ ਜਿਵੇਂ 4 ਮਰਲਿਆਂ ਦਾ 5 ਮਰਲਿਆਂ ਦਾ ਪਲਾਟ ਹੁੰਦਾ ਉਹਦੇ ਵਿੱਚ ਸੈਟਿੰਗ ਕਰਕੇ ਸਾਰੀ ਦੇਈਦੀ ਆ। ਅਸੀਂ ਦੇਖ ਰਹੇ ਹਾਂ ਕਿ ਸ਼ਹਿਰਾਂ ਦੇ ਵਿੱਚ ਜਿੱਦਾਂ ਗਜ਼ਾਂ ਦੇ ਵਿੱਚ ਹੁੰਦਾ ਕਿ ਇੰਨੇ ਗਜ਼ ਥੋੜੇ ਥੋੜੇ ਗਜ਼ਾਂ 'ਚ ਕੱਟ ਕੇ ਫਿਰ ਵੀ ਬੜੇ ਸੁੰਦਰ ਤਰੀਕੇ ਦੇ ਨਾਲ ਉਹਨਾਂ ਦੀ ਕ੍ਰੀਏਸ਼ਨ ਹੁੰਦੀ ਆ, ਕਿ ਇਹ ਪਿੰਡਾਂ ਦੇ ਵਿੱਚ ਵੀ ਹੁਣ ਅੱਜ ਕੱਲ੍ਹ ਸੰਭਵ ਹੈਗਾ? ਹਾਂਜੀ ਹਾਂਜੀ, ਪਿੰਡਾਂ ਦੇ ਵਿੱਚ ਬਹੁਤ ਚੱਲ ਰਿਹਾ ਵਾ ਕਿਉਂਕਿ ਜਿਵੇਂ ਪਿੰਡਾਂ ਦੇ ਵਿੱਚ ਵੀ ਜਾਗਰੂਕਤਾ ਆ ਰਹੀ ਆ, ਲੋਕ ਪੜ੍ਹੇ ਲਿਖੇ NRI ਵੀਰ ਨੇ ਉਹ ਸਾਰੇ ਨਕਸ਼ੇ ਤੇ ਹੀ ਕੰਮ ਕਰਵਾ ਰਹੇ ਨੇ ਕਿਉਂਕਿ ਉਹਦੇ ਵਿੱਚ ਇਹ ਆ ਵੀ ਸਾਰਾ ਬਜਟ ਪਹਿਲਾਂ ਪਤਾ ਲੱਗ ਜਾਂਦਾ ਵੀ ਆਪਣਾ ਕਿੰਨਾ ਖਰਚਾ ਕਿਹੜੀ ਚੀਜ਼ ਤੇ ਆਊਗਾ, ਉਹਦੇ ਅਕੋਰਡਿੰਗ ਹੀ ਮੈਪ ਬਣ ਜਾਂਦਾ ਵਾ, ਸਾਰਾ ਕੁਛ ਹੋ ਜਾਂਦਾ ਜੀ। ਔਰ ਤੁਸੀਂ ਜਿੱਦਾਂ ਨਕਸ਼ੇ ਵੀ ਬਣਾਉਂਦੇ ਹੋ, ਕੀ ਕਹਿਣਾ ਚਾਹੋਗੇ ਕਿ ਕੋਈ ਵੀ ਬੰਦਾ ਜਿਹਨੇ ਘਰ ਬਣਾਉਣਾ ਅੱਜ ਉਹਦੇ ਲਈ ਨਕਸ਼ਾ ਪਾਸ ਕਰਾਉਣਾ ਜ਼ਰੂਰੀ ਹੋ ਗਿਆ? ਹਾਂਜੀ, ਜੋ ਵੀ ਸ਼ਹਿਰਾਂ ਦੇ ਵਿੱਚ ਨਕਸ਼ੇ ਬਣ ਰਹੇ ਨੇ ਉਹ ਨਕਸ਼ੇ ਪਾਸ ਕਰਾਉਣੇ ਜ਼ਰੂਰੀ ਨੇ ਸਰ, ਤੇ ਪਿੰਡਾਂ ਦੇ ਵਿੱਚ ਹਜੇ ਤੱਕ ਇਹ ਲਾਅ ਨਹੀਂ ਚੱਲਿਆ ਗਾ ਵੀ ਪਿੰਡਾਂ ਦੇ ਵਿੱਚ ਆਪਾਂ ਨਕਸ਼ਾ ਪਾਸ ਕਰਵਾਏ ਤੋਂ ਬਿਨਾਂ ਪਾ ਸਕਦੇ ਹਾਂ। ਬਾਗਾ ਪੁਰਾਣਾ ਵਿਖੇ ਕੀ ਕੀ ਤੁਸੀਂ ਸੇਵਾਵਾਂ ਦੇ ਰਹੇ ਹੋ ਆਪਣੀਆਂ ਜਿਹੜਾ ਏਕਮਕਾਰ ਆਰਕੀਟੈਕਟ ਦੇ ਬੈਨਰ ਥੱਲੇ? ਹਾਂਜੀ, ਉਹਦੇ ਵਿੱਚ ਇਹ ਆ ਸਰ ਜਿਵੇਂ ਆਪਾਂ ਪਹਿਲਾਂ ਮੈਪਿੰਗ ਤੋਂ ਸਟਾਰਟ ਕਰਦੇ ਹਾਂ, ਫਿਰ ਵਿਦ ਮਟੀਰੀਅਲ ਤੱਕ ਸਾਰਾ ਕੰਮ ਕਰਦੇ ਹਾਂ, ਜਿਵੇਂ ਸਟਾਰਟਿੰਗ ਤੋਂ ਲੈ ਕੇ A to Z ਮੈਪ ਸਾਰੇ ਦੇਵਾਂਗੇ, ਉਹਦੇ ਵਿੱਚ ਕੰਪਲੀਟ ਬਿਲਡਿੰਗ ਵੀ ਤਿਆਰ ਕਰਕੇ ਦਿੰਦੇ ਹਾਂ ਆਪਾਂ। ਵਿਦ ਮਟੀਰੀਅਲ ਵੀ ਕੰਮ ਚੱਲ ਰਿਹਾ ਆਪਣੇ, ਆਈ ਥਿੰਕ ਇਸ ਟਾਈਮ ਵੀ 6-7 ਕੰਮ ਵਿਦ ਮਟੀਰੀਅਲ ਚੱਲ ਰਹੇ ਨੇ। ਤੁਸੀਂ ਕਿੱਥੋਂ ਬੇਟਾ ਆਪਣੀ ਆਰਕੀਟੈਕਟ ਦੀ ਡਿਗਰੀ ਪ੍ਰਾਪਤ ਕੀਤੀ ਔਰ ਕਿਵੇਂ ਕਿੰਨਾ ਐਕਸਪੀਰੀਅੰਸ ਤੁਹਾਨੂੰ? ਸਰ ਮੈਂ 2015 ਤੋਂ ਇਸ ਲਾਈਨ ਦੇ ਵਿੱਚ ਆਇਆ ਹੋਇਆ, ਆਪਦਾ ਬਿਜ਼ਨਸ ਸਟਾਰਟ ਕੀਤਾ ਹੋਇਆ। ਮੇਰੀ ਡਿਗਰੀ ਹੈ ਸਰ ਦੇਸ਼ ਭਗਤ ਡਬਰੂ ਕਾਲਜ ਮੋਗੇ ਤੋਂ, ਤੇ ਉਸ ਤੋਂ ਬਾਅਦ ਮੈਂ ਇਹਦਾ ਐਕਸਪੀਰੀਅੰਸ ਲਿਆ ਸੀਗਾ, ਲੁਧਿਆਣੇ ਵੀ ਜੋਬ ਕੀਤੀ ਹੈ, ਚੰਡੀਗੜ੍ਹ ਵੀ ਜੋਬ ਕੀਤੀ ਆ, ਤੇ 2015 ਦੇ ਵਿੱਚ ਮੈਂ ਆਪਦਾ ਬਿਜ਼ਨਸ ਬਾਗੇ ਪੁਰਾਣੇ ਦੇ ਵਿੱਚ ਸਟਾਰਟ ਕਰਤਾ ਸੀ। ਇਸ ਟਾਈਮ ਮੇਰੀ ਬ੍ਰਾਂਚ ਵੀ ਹੈਗੀ ਹੈ ਨਿਹਾਲ ਸਿੰਘ ਵਾਲੀ। ਔਰ ਕੀ ਕਹਿਣਾ ਚਾਹੋਗੇ ਕਿ ਅੱਜ ਆਰਕੀਟੈਕਟ ਦਾ ਜਿਹੜਾ ਕੰਮ ਹੈਗਾ, ਕਿਉਂਕਿ ਲੋਕਾਂ ਨੂੰ ਇਹ ਹੁੰਦਾ ਕਿ ਅਸੀਂ ਆਪਣਾ ਘਰ ਬਣਾਉਣਾ ਵੀ ਅਸੀਂ ਸਾਡਾ ਬਜਟ ਇੰਨਾ ਕੁ ਹੈਗਾ, ਔਰ ਪਰ ਉਹਨਾਂ ਨੂੰ ਕਈ ਵਾਰੀ ਹੁੰਦਾ ਵੀ ਆਰਕੀਟੈਕਟ ਦੇ ਪੈਸੇ ਬੜੇ ਚੁੱਭਦੇ ਆ, ਕੀ ਕਹਿਣਾ ਚਾਹੋਗੇ ਕਿ ਆਰਕੀਟੈਕਟ ਦੇ ਜਿਹੜੇ ਪੈਸੇ ਲਾਏ ਆ ਉਹ ਤਾਂ ਉਹਨਾਂ ਨੂੰ ਉਹਦੇ ਵਿੱਚੋਂ ਤੁਸੀਂ ਕੱਢਦੇ ਨੇ? ਹਾਂਜੀ ਹਾਂਜੀ, ਉਹ ਤਾਂ ਇਹਦੇ ਵਿੱਚ ਇਹ ਹੁੰਦਾ ਵਾ ਵੀ ਜਿੰਨਾ ਕੁ ਅਸੀਂ ਨਕਸ਼ੇ ਦੀ ਪੇਮੈਂਟ ਲੈਣੀ ਆ ਉਨਾ ਕੁ ਉਹਨਾਂ ਦਾ ਐਕਟ ਸੀਮੈਂਟ ਸਰੀਆ ਬੱਜਰੀ ਸਾਰਾ ਕੁਛ ਦਾ ਬਚਤ ਹੋ ਜਾਂਦੀ ਹੈ, ਕਿਉਂਕਿ ਜਿਵੇਂ ਠੇਕੇਦਾਰ ਭਰਾ ਨੇ ਸਿੰਪਲ ਉਹਨਾਂ ਨੇ ਆਪਦੇ ਡਿਜ਼ਾਈਨ ਪਾ ਦੇਣੇ ਹੁੰਦੇ ਆ, ਵਾਧਰਾ ਕੱਟਤਾ ਉਦਾਂ ਹੀ ਸਿੰਪਲ ਕਰਤਾ, ਤੇ ਬਾਕੀ ਹੁਣ ਜਿਹੜਾ ਅੱਜ ਕੱਲ੍ਹ ਲੋਕੀ ਵਾਸਤੂ ਸ਼ਾਸਤਰ ਨੂੰ ਬਹੁਤ ਪਹਿਲ ਦੇ ਰਹੇ ਆ, ਉਹ ਵਾਸਤੂ ਸ਼ਾਸਤਰ ਦਾ ਵੀ ਪੂਰਾ ਐਕਸਪੀਰੀਅੰਸ ਹੈਗਾ, ਸਟੱਡੀ ਚੱਲ ਰਹੀ ਹੈ ਨਾਲ ਦੀ ਨਾਲ, ਤੇ ਵਾਸਤੂ ਸ਼ਾਸਤਰ ਰਾਹੀਂ ਵੀ ਜੇ ਕਿਸੇ ਨੇ ਮੈਪ ਬਣਾਉਣਾ ਵਾ ਤਾਂ ਵਾਸਤੂ ਸ਼ਾਸਤਰ ਰਾਹੀਂ ਵੀ ਮੈਪ ਬਣ ਜਾਂਦਾ ਜੀ। ਉਹਦਾ ਇਹ ਆ ਵੀ ਪੇਮੈਂਟ ਕੋਈ ਜ਼ਿਆਦਾ ਨਹੀਂ ਗੀ, ਇਹਦੇ ਵਿੱਚ ਇਹ ਹੁੰਦਾ ਵੀ ਆਪਾਂ ਨੂੰ ਐਕਸਪੀਰੀਅੰਸ ਬਣੀ ਜਾਂਦਾ ਵਾ, ਇਹ ਆ ਵੀ ਉਹਦੇ ਵਿੱਚ ਜਿਹੜਾ ਅਸੀਂ ਪੇਮੈਂਟ ਲੈਣੀ ਹੁੰਦੀ ਆ ਉਨੀ ਅਸੀਂ ਕਸਟਮਰ ਦੀ ਬਚਤ ਕਰ ਦੇਣੀ ਹੁੰਦੀ ਆ, ਕਿਉਂਕਿ ਬੰਨ ਤੋਂ ਪਹਿਲਾਂ ਪਤਾ ਲੱਗ ਜਾਂਦਾ ਕੋਈ ਰੂਮ ਵੱਡਾ ਨਹੀਂ ਬਣਦਾ ਛੋਟਾ ਨਹੀਂ ਬਣਦਾ ਗਾ, ਬੰਨ ਤੋਂ ਸਭ ਕੁਛ ਪਹਿਲਾਂ ਹੀ ਉਹਨਾਂ ਦੇ ਅੱਖਾਂ ਸਾਹਮਣੇ ਆ ਜਾਂਦਾ ਜੀ। ਬੇਟਾ ਜਿੱਦਾਂ ਆਪਾਂ ਬਾਗਾ ਪੁਰਾਣਾ ਦੀ ਗੱਲ ਕਰੀਏ, ਬੇਸਮੈਂਟਸ ਦੇ ਲਈ ਕੀ ਕੀ ਰਿਕੁਆਇਰਮੈਂਟਸ ਹੈਗੀਆਂ? ਅੱਜ ਕੱਲ੍ਹ ਅੱਗੇ ਬੇਸਮੈਂਟ ਅਗਲਾ ਆਰਾਮ ਨਾਲ ਹੇਠਾਂ ਵੱਢਦਾ ਹੀ ਪਾ ਲੈਂਦਾ ਸੀਗਾ, ਅੱਜ ਕੱਲ੍ਹ ਬੇਸਮੈਂਟ ਅਗਰ ਕਿਸੇ ਨੇ ਪਾਣੀ ਹੈ ਮਤਲਬ ਬਾਗੇ ਪੁਰਾਣੇ ਦੇ ਏਰੀਏ ਦੇ ਵਿੱਚ ਖਾਸ ਤੌਰ ਤੇ ਮੇਨ ਰੋਡਾਂ ਦੇ ਉੱਪਰ, ਉਹਦੇ ਲਈ ਕੀ ਕੀ ਫਾਰਮੈਲਿਟੀਜ਼ ਆ? ਉਹਦੇ ਵਾਸਤੇ ਸਰ ਫਾਰਮੈਲਿਟੀਜ਼ ਹੈਗੀਆਂ ਵੀ ਜਿਵੇਂ ਨਾਲ ਦੀ ਬਿਲਡਿੰਗ ਤੋਂ ਪਰਮਿਸ਼ਨ ਲੈਣੀ ਪੈਂਦੀ ਆ, ਪਰਮਿਸ਼ਨ ਲੈਣ ਤੋਂ ਬਾਅਦ ਜਦੋਂ ਨਕਸ਼ਾ ਪਾਸ ਕਰਾਉਂਦੇ ਉਹਦੇ ਵਿੱਚ 4 ਚਪੇਰੇ ਆਪਾਂ ਨੂੰ 5-5 ਫੁੱਟ ਜਗ੍ਹਾ ਛੱਡ ਕੇ ਫਿਰ ਬੇਸਮੈਂਟ ਤਿਆਰ ਕਰਨੀ ਪੈਂਦੀ ਆ। ਬੇਸਮੈਂਟ ਤਿਆਰ ਕਰਨ ਵਾਸਤੇ ਆਪਾਂ 70% ਹੀ ਕਵਰ ਕਰ ਸਕਦੇ ਹਾਂ, ਬਾਕੀ ਆਪਾਂ ਨੂੰ ਸਾਈਡ ਤੇ ਛੱਡਣਾ ਪਊਗਾ, ਉਸ ਤੋਂ ਉੱਪਰ ਫਿਰ ਪਲੈਨਿੰਗ ਸਟਾਰਟ ਕਰ ਸਕਦੇ ਹਾਂ। ਉਹ ਇਹ ਆ ਵੀ RCC ਦਾ ਹੀ ਕਰ ਸਕਦੇ ਹਾਂ, ਬਟ ਹੁਣ ਜਿਹੜੀਆਂ ਨਵੀਆਂ ਬ੍ਰਿਕਸ ਆ ਰਹੀਆਂ ਨੇ ਸੀਮੈਂਟ ਦੀਆਂ ਬ੍ਰਿਕਸ ਆ ਰਹੀਆਂ, ਆਪਾਂ ਨੂੰ RCC ਦੀ ਥਾਂ ਤੇ ਜੇ ਉਹ ਵੀ ਯੂਜ਼ ਕਰਨਾ ਵਾ, ਘੱਟ ਪੈਸੇ ਲਾਉਣੇ ਆ ਤਾਂ ਉਹ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਬੇਟਾ ਅੱਜ ਕੱਲ੍ਹ ਜਿੱਦਾਂ ਨਵੇਂ ਟ੍ਰੈਂਡ ਆ ਗਏ ਆ ਕਿ ਬਿਲਡਿੰਗ ਨੂੰ ਉੱਤੇ ਚੱਕ ਲੈਂਦੇ ਹਾਂ ਅਸੀਂ,
ਉਹ ਬਿਲਡਿੰਗ ਜਿਹੜੀ ਪਹਿਲਾਂ ਹੁੰਦੀ ਉੱਤੇ ਚੱਕੀ ਜਾਂਦੀ ਉਹਦੇ ਵੀ ਤੁਹਾਡੇ ਨਕਸ਼ਾ ਮਤਲਬ ਐਜ ਏ ਆਰਕੀਟੈਕਟ ਤੁਸੀਂ ਸਵਾਮ ਆਪਣੇ ਦੇ ਦਿੰਦੇ ਹੋ? ਹਾਂਜੀ ਹਾਂਜੀ ਸਰ, ਜਿਵੇਂ ਇਕੱਲਾ ਲੈਂਟਰ ਚੱਕ ਦਿੰਦੇ ਆ, ਬਟ ਉਹ ਇਹ ਆ ਵੀ ਸਰਕਾਰ ਤੋਂ ਪਰਮਿਸ਼ਨ ਲੈਣੀ ਪੈਂਦੀ ਆ। ਕੁਛ ਕੁ ਹਾਸੇ ਹੋ ਚੁੱਕੇ ਆ ਪਿੱਛੇ ਜੇ, ਹੁਣ ਪਹਿਲਾਂ ਸਰਕਾਰ ਤੋਂ ਪਰਮਿਸ਼ਨ ਲੈ ਕੇ ਉਸ ਤੋਂ ਬਾਅਦ ਚੱਕਣਾ ਪੈਂਦਾ ਜੀ, ਸਭ ਕੁਛ ਚੱਕਿਆ ਜਾਂਦਾ ਵਾ, ਕਨੈਕਟ ਦੇ ਵਿੱਚ ਹੈਗੇ ਆ, ਉਹ ਸਾਰਾ ਕੁਛ ਹੋ ਜਾਂਦਾ ਸਰ। ਔਰ ਅੱਜ ਕੱਲ੍ਹ ਤਾਂ ਕਹਿੰਦੇ ਬਿਲਡਿੰਗ ਜਿੱਦਾਂ ਅਸੀਂ ਮੂਵ ਵੀ ਕਰ ਦਿੰਦੇ ਹਾਂ ਤੇ ਮੂੰਹ ਪਾਸੇ ਦੂਜੇ ਪਾਸੇ ਕਰ ਦਿੰਦੇ ਹੈਗੇ, ਐਸੀਆਂ ਪ੍ਰੋਵੀਜ਼ਨ ਵੀ ਹੈਗੀਆਂ? ਹਾਂਜੀ ਹਾਂਜੀ ਸਰ, ਇੱਦਾਂ ਦਾ ਸਭ ਕੁਛ ਹੈਗਾ, ਬਟ ਉਹਦੇ ਵਾਸਤੇ ਇਹ ਆ ਵੀ ਪਹਿਲਾਂ ਸਰਕਾਰ ਤੋਂ ਅਥਾਰਟੀ ਲੈਣੀ ਪੈਂਦੀ ਆ, ਕਿਉਂਕਿ ਨੁਕਸਾਨ ਕਾਫੀ ਹੋ ਜਾਂਦਾ ਵਾ, ਕਈ ਵਾਰ ਲੈਂਟਰ ਡਿੱਗਣ ਕਰਕੇ ਕਾਫੀ ਨੁਕਸਾਨ ਹੋਇਆ ਪਿੱਛੇ ਜੇ, ਤੇ ਤੁਸੀਂ ਦੇਖਿਆ ਵੀ ਹੋਊਗਾ। ਉਹਦੇ ਕਰਕੇ ਆਪਾਂ ਨੂੰ ਇਹ ਆ ਵੀ ਪਹਿਲਾਂ ਸਰਕਾਰ ਤੋਂ ਪਰਮਿਸ਼ਨ ਲੈ ਕੇ ਉਸ ਤੋਂ ਬਾਅਦ ਆਪਾਂ ਇਹ ਸਭ ਕੁਛ ਕਰ ਸਕਦੇ ਹਾਂ, ਹੋ ਜਾਂਦਾ ਰਿਟਰਨ ਵਿੱਚ ਕੁਛ ਵੀ ਕਰ ਸਕਦੇ ਆਪਾਂ। ਔਰ ਬੇਟਾ ਜਿਸ ਤਰੀਕੇ ਨਾਲ ਤੁਸੀਂ ਆਪਣਾ ਐਕਸਪੀਰੀਅੰਸ ਲੈ ਰਹੇ ਹੋ, ਦਿਨੋਂ ਦਿਨ ਤੁਹਾਡਾ ਐਕਸਪੀਰੀਅੰਸ ਵੱਧ ਰਿਹਾ, ਕੀ ਕਹਿਣਾ ਚਾਹੋਗੇ ਕਿ ਅੱਜ ਆਰਕੀਟੈਕਟ ਦੀ ਜਿਹੜੀ ਲੋੜ ਹੈਗੀ ਆ ਉਹ ਹਰੇਕ ਬੰਦੇ ਨੂੰ ਹੈ? ਔਰ ਜੇ ਬੰਦੇ ਦਾ ਕਿਸੇ ਦਾ ਵਸਤੂ ਸਸਤਾ, ਤੁਸੀਂ ਗੱਲ ਕੀਤੀ ਆ, ਕਿਉਂਕਿ ਜੇ ਘਰੇ ਲੜਾਈ ਕਲੇਸ਼ ਰਹਿੰਦਾ, ਕੋਈ ਹੋਰ ਪ੍ਰੋਬਲਮ ਆਉਂਦੀ ਆ, ਕਈ ਵਾਰੀ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਵਸਤੂ ਕਰਕੇ ਸਾਡਾ ਜਿਹੜਾ ਹੈਗਾ ਇਹ ਪ੍ਰੋਬਲਮ ਆ, ਕੋਈ ਉੱਤਰ ਦੱਖਣ ਦਾ ਚੱਕਰ ਹੋ ਜਾਂਦਾ, ਉਹ ਵੀ ਹੁਣ ਧੀਰੇ ਧੀਰੇ ਨਾਲ ਤੁਸੀਂ ਸੋਲਵ ਕਰ ਦਿਓ? ਹਾਂਜੀ ਹਾਂਜੀ, ਹਾਂ ਜ਼ਿਆਦਾਤਰ ਜਿਵੇਂ 50% ਕੰਮ ਨੇ ਸਾਰੇ ਵਸਤੂ ਦੇ ਅਕੋਰਡਿੰਗ ਹੀ ਚੱਲ ਰਹੇ ਨੇ, ਤੇ ਵਸਤੂ ਹਰੇਕ ਬੰਦਾ ਐਗਰੀ ਕਰਦਾ ਵਾ ਵੀ ਹਾਂ ਜਦੋਂ ਆਪਾਂ ਘਰ ਤੇ ਪੇਮੈਂਟ ਲਾਉਣੀ ਆ ਤੇ ਕਿਉਂ ਨਾ ਵਸਤੂ ਸ਼ਸਤਰ ਰਾਹੀਂ ਹੀ ਬਣਾਇਆ ਜਾਵੇ। ਉਹਦੇ ਵਿੱਚ ਇਹ ਆ ਵੀ ਉਹਨਾਂ ਦਾ ਇਹ ਆ ਵੀ ਬਣਨ ਤੋਂ ਮਤਲਬ ਇਹ ਸਾਰਾ ਕੁਛ ਸੈਟਿੰਗ ਦੇ ਵਿੱਚ ਹੋ ਜਾਂਦਾ, ਜਿਵੇਂ ਵਸਤੂ ਦੇ ਅਕੋਰਡਿੰਗ ਨੌਰਥ ਈਸਟ ਦੇਖ ਕੇ ਉਸ ਹਿਸਾਬ ਚ ਪਲੈਨਿੰਗ ਹੋ ਜਾਂਦੀ ਹੈ। ਐਜ਼ ਏ ਆਰਕੀਟੈਕਟ ਅਗਰ ਕੋਈ ਬੰਦਾ ਸਿੰਪਲਿਸਿਟੀ ਨਾਲ ਵੀ ਤੁਹਾਨੂੰ ਕਹੇ ਵੀ ਮੈਂ ਤਾਂ ਕੱਲੀ ਆਊਟਲਾਈਨ ਲੈਣੀ ਆ, ਕੀ ਤੁਸੀਂ ਉਹ ਵੀ ਦੇ ਦਿੰਦੇ ਹੋ? ਹਾਂਜੀ ਹਾਂਜੀ ਸਰ, ਉਹ ਤਾਂ ਕਸਟਮਰ ਤੇ ਡਿਪੈਂਡ ਕਰਦਾ ਵੀ ਉਹਨੇ ਕਿੰਨਾ ਕੰਮ ਕਰਾਉਣਾ, ਕਿਉਂਕਿ ਜਿਹੜਾ ਸਾਡਾ ਵਾ ਅਸੀਂ ਏ ਟੂ ਜੈਡ ਸਾਰੇ ਮੈਪ ਦੇਣੇ ਹੁੰਦੇ ਆ, ਉਹਦੇ ਵਿੱਚ ਬਿਜਲੀ ਦਾ, ਏਸੀ ਦਾ, ਕੈਮਰਿਆਂ ਤੱਕ ਦਾ ਵੀ ਵਿੱਚ ਦੇਈਦਾ, ਕਿਉਂਕਿ ਹੁਣ ਅੱਜ ਕੱਲ ਕੈਮਰਿਆਂ ਦੀ ਬਹੁਤ ਲੋੜ ਹੈ ਇਹ ਚੀਜ਼ ਨੂੰ, ਕਿਉਂਕਿ ਆਪਣੇ ਚੋਰੀਆਂ ਹੋ ਰਹੀਆਂ ਨੇ, ਆਪਦੀ ਸੇਫਟੀ ਵਾਸਤੇ ਕੈਮਰਿਆਂ ਦੀਆਂ ਵਾਇਰਾਂ ਵੀ ਨਾਲ ਦੀ ਨਾਲ ਜਦੋਂ ਬਿਲਡਿੰਗ ਤਿਆਰ ਹੁੰਦੀ ਉਹ ਵਿੱਚ ਹੀ ਦੇ ਦਿੱਤੀਆਂ। ਔਰ ਜਦੋਂ ਆਪਾਂ ਬਾਅਦ ਦੇ ਵਿੱਚ ਕੈਮਰਿਆਂ ਦਾ ਕਰਾਉਂਦੇ ਹਾਂ ਤਾਂ ਉਹਦੇ ਵਿੱਚ ਇਹ ਆ ਵੀ ਝਰੀਆਂ ਮਾਰਨੀਆਂ ਪੈਂਦੀਆਂ, ਉਹ ਦੂਰੀ ਵਾਰ ਫੇਰ ਪ੍ਰੋਬਲਮ ਹੁੰਦੀ ਹੈ ਸਾਰੇ ਘਰਾਂ ਦੇ ਵਿੱਚ। ਔਰ ਜੇ ਸੋਲਰ ਦੀ ਆਪਾਂ ਗੱਲ ਕਰੀਏ, ਅੱਜ ਕੱਲ੍ਹ ਲੋਕ ਸੋਲਰ ਲਿਵਿੰਗ ਹੈਗੇ ਆ, ਅਗਰ ਸੋਲਰ ਦਾ ਵੀ ਮਤਲਬ ਅਗਲੇ ਦੇ ਮਨ ਦੇ ਵਿੱਚ ਹੈਗਾ ਤਾਂ ਉਹ ਵੀ ਨਾਲ ਹੀ ਅੱਜ ਕੱਲ੍ਹ ਅਟੈਚ ਹੋ ਜਾਂਦਾ? ਹਾਂਜੀ ਹਾਂਜੀ, ਸੋਲਰ ਦੀਆਂ ਤਾਰਾਂ ਪੈ ਜਾਂਦੀਆਂ ਨੇ ਉੱਪਰ, ਸਾਰਾ ਕੁਛ ਉਹਦਾ ਲੱਗ ਛੱਡੇ ਜਾਂਦੇ ਆ, ਸਪਲਾਈ ਸਾਰਾ ਹੀ ਅਲੱਗ ਹੋ ਜਾਂਦੀ, ਉਹਦਾ ਵੀ ਸਾਰਾ ਪੇਮੈਂਟ ਵਿੱਚ ਆ ਜਾਂਦੀ। ਕੀ ਕਹਿਣਾ ਚਾਹੋਗੇ ਤੁਸੀਂ ਅੱਜ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ, ਯੰਗ ਬਲੱਡਰਸ ਨੂੰ ਖਾਸ ਕਰਕੇ, ਅਗਰ ਕੋਈ ਬੰਦੇ ਦੀ ਬੀਕੌਮ ਕੀਤੀ ਆ, ਉਹਦਾ ਦਿਲ ਕਰਦਾ ਕਿ ਮੈਂ ਵੀ ਆਰਕੀਟੈਕਟ ਬਣਾ, ਮੈਂ ਵੀ ਥੋੜਾ ਸਿੱਖਾਂ, ਕਿ ਤੁਸੀਂ ਨਾਲ ਮਤਲਬ ਥੋੜਾ ਜਿਹਾ ਉਹਨਾਂ ਕੈਂਡੀਡੇਟਸ ਦੀ ਥੋੜੀ ਬਹੁਤ ਹੈਲਪ ਕਰਦੇ ਹੋ, ਉਹਨਾਂ ਨੂੰ ਐਜ਼ ਏ ਵਲੰਟੀਅਰ ਪਹਿਲਾਂ ਨਾਲ ਆਪਣੇ ਜੋੜ ਕੇ ਤੇ ਉਹਨਾਂ ਤੋਂ ਗਾਂ ਸਵਾਵਾਂ ਲਓਗੇ? ਹਾਂਜੀ ਹਾਂਜੀ, ਇਸ ਟਾਈਮ ਮੇਰੇ ਨਾਲ ਸਟਾਫ ਦੇ ਵਿੱਚ 10-11 ਜਾਣੇ ਨੇ, ਜਿਹੜੇ ਅੱਧੇ ਕੁ ਪਹਿਲਾਂ ਐਕਸਪੀਰੀਅੰਸ ਸੀਗੇ, ਕਈਆਂ ਨੂੰ ਟ੍ਰੇਨਡ ਕਰ ਰਹੇ ਹਾਂ ਨਾਲ ਦੀ ਨਾਲ, ਕਿਉਂਕਿ ਬਿਜ਼ਨਸ ਅੱਗੇ ਵਧਾਉਣ ਵਾਸਤੇ ਨਾਲ ਸਟਾਫ ਦਾ ਹੋਣਾ ਬਹੁਤ ਜ਼ਰੂਰੀ ਆ। ਸਟਾਫ ਨਾਲ ਕੰਮ ਕਰੂਗਾ ਤਾਂ ਹੀ ਕਰ ਸਕਦੇ ਹਾਂ, ਕਿਉਂਕਿ ਇਕੱਲੇ ਦੇ ਕੰਮ ਹੈ ਨਹੀਂ ਗਾ, ਕਿਉਂਕਿ ਇੱਕ ਨਕਸ਼ਾ ਬਣਾਉਣ ਤੇ 1 ਹਫ਼ਤਾ ਲੱਗ ਜਾਂਦਾ ਵਾ, ਇਸ ਕਰਕੇ ਸਟਾਫ ਨਾਲ ਕੰਮ ਕਰ ਰਿਹਾ ਸਾਰਾ। ਕੀ ਤੁਹਾਡਾ ਮੈਸੇਜ ਰਹੂਗਾ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਕਿ ਜਿਸ ਤਰੀਕੇ ਨਾਲ ਇੱਕ ਮੁਕਾਰ ਵਾਲੇ ਨੇ ਇੰਡੀਆ 'ਚ ਰਹਿ ਕੇ ਸੇਵਾਵਾਂ ਆਪਣੀਆਂ ਜਾਰੀ ਰੱਖੀਆਂ, ਲੋਕ ਅੱਜ ਬਾਹਰ ਭੱਜ ਰਹੇ ਆ, ਅਗਰ ਉਹ ਪੜ੍ਹ ਲਿਖ ਜਾਣ ਆਰਕੀਟੈਕਟ, ਜਿਹਦਾ ਤੁਸੀਂ ਆਪਣੀ ਡਿਗਰੀ ਕੀਤੀ, ਡਿਗਰੀ ਕਰਨ ਤੋਂ ਬਾਅਦ ਇੱਥੇ ਹੀ ਸੈਟਲ ਹੋਏ ਆ, ਤਾਂ ਇੱਥੇ ਵੀ ਬਿਜ਼ਨਸ ਹੈਗਾ ਬੰਦੇ ਦੇ ਲਈ? ਹਾਂ ਸਰ, ਬਿਜ਼ਨਸ ਹੈਗਾ, ਬਟ ਇਹ ਆ ਵੀ ਉੱਥੇ ਕਿਸੇ ਦੇ ਅੰਡਰ ਜੋਬ ਕਰਨ ਨਾਲੋਂ ਆਪਦਾ ਐਕਸਪੀਰੀਅੰਸ ਕਰਕੇ ਆਪਦਾ ਬਿਜ਼ਨਸ ਕਿਉਂ ਨਹੀਂ ਕਰ ਸਕਦੇ? ਆਪਦਾ ਬਿਜ਼ਨਸ ਕਰ ਸਕਦੇ ਹਾਂ, ਕਿਉਂਕਿ ਆਪਣੇ ਕੋਲ ਸਭ ਹੈਗਾ ਵਾ, ਇੱਥੋਂ ਦੇ ਕਾਨੂੰਨ ਸਖ਼ਤ ਨੇ, ਪਰ ਆਪਾਂ ਜੇ ਕੰਮ ਕਰਨਾ ਹੋਵੇ ਤਾਂ ਕਾਨੂੰਨਾਂ ਦੇ ਅਕੋਰਡਿੰਗ ਬੈਸਟ ਆ ਸਭ ਤੋਂ, ਕਿਉਂਕਿ ਆਪਾਂ ਬਾਹਰ ਨੂੰ ਭੱਜ ਰਹੇ ਹਾਂ, ਬਟ ਇੱਥੇ ਆਪਣੇ ਕੋਲ ਸਭ ਕੁਛ ਹੈ, ਆਪਦਾ ਬਿਜ਼ਨਸ ਹੈ, ਫੈਮਿਲੀ ਹੈ, ਬੈਕਗਰਾਉਂਡ ਸਭ ਕੁਛ ਹੈ, ਤੇ ਆਪਾਂ ਬਾਹਰ ਜਾ ਕੇ ਕੀ ਲੈਣਾ ਜਦੋਂ ਆਪਾਂ ਇੱਥੇ ਆਪਦਾ ਬਿਜ਼ਨਸ ਸੈਟਅਪ ਕਰ ਸਕਦੇ ਹਾਂ ਸਾਰਾ। ਥੈਂਕ ਯੂ ਬੇਟਾ, ਸਤਿ ਸ਼੍ਰੀ ਅਕਾਲ।